ਸੋ ਝੂਠ ਦੇ ਖਿਲਾਫ ਅਸੀਂ ਇਹ ਧਰਨੇ ਲਾ ਰਹੇ ਹਾਂ ਵੀ ਝੂਠ ਬੋਲ ਰਹੇ ਨੇ, ਇੱਕ ਤਾਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ, ਇੱਕ ਉੱਤੋਂ ਝੂਠੇ ਬੋਲ ਰਹੇ ਵੀ ਅਸੀਂ ਪੂਰੇ ਕਰਦੇ। ਸਾਹਿਬ ਨੇ ਗੁਟਕੇ ਦੀ ਸੌਂ ਖਾ ਕੇ ਕਿਹਾ ਸੀ ਕਿ ਇੱਥੋਂ ਨਸ਼ਾ ਖਤਮ ਕਰ ਦਿਆਂਗੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਅਸੀਂ ਗਲੀਆਂ ਦੇ ਵਿੱਚ ਅੱਜ ਵੀ ਨੌਜਵਾਨ ਨਸ਼ੇੜੀ ਦੇਖ ਰਹੇ ਹਾਂ। ਨਸ਼ੇ ਤਾਂ ਦੇਖੋ ਇਹਨਾਂ ਨੇ ਹੁਣ ਘਰ ਘਰ ਮਿਲਣ ਲਾਦੇ, ਘਰ ਘਰ ਇਹਨਾਂ ਦੇ ਜਿਹੜੇ MLA ਨੇ ਉਹਨਾਂ ਦੇ ਜਿਹੜੇ ALG ਨੇ ਉਹ ਸ਼ਰਾਬ ਘਰ ਘਰ ਪਹੁੰਚਾ ਰਹੇ ਆ। ਵਾਦਾ ਕੋਈ ਨਹੀਂ ਪੂਰਾ ਹੋਇਆ, ਬਿਲਕੁਲ ਹੀ ਝੂਠਾ, ਨਸ਼ਾ ਉਤੋਂ ਜ਼ਿਆਦਾ ਵੱਧ ਗਿਆ, ਲੋਕ ਘਰਾਂ ਦੇ ਵਿੱਚ ਆਮ ਸ਼ਰਾਬ ਵੇਚਣੀ ਚਾਲੂ ਕੀਤੀ ਹੈ, ਜਿਹੜਾ ਸਾਰਾ ਸਰਕਾਰ ਨੂੰ ਵੀ ਮੁਲਾਜ਼ਮਾਂ ਨੂੰ ਵੀ ਪਤਾ, ਜਿਹੜਾ ਕਿ ਉਹਨਾਂ ਦੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ। ਤੇ ਪੂਰਾ ਦਿਨ ਉੱਤੇ ਲੱਗ ਜਾਣਾ ਕਿ ਇਹਨਾਂ ਨੇ ਕਿਹੜਾ ਕੰਮ ਕੀਤਾ ਤੇ ਕਿਹੜਾ ਕੰਮ ਨਹੀਂ ਕੀਤਾ। ਕੈਪਟਨ ਸਾਹਿਬ ਨੇ ਝੂਠ ਬੋਲਿਆ, ਇਹਨਾਂ ਦੇ ਮੰਤਰੀਆਂ ਨੇ, ਇਹਨਾਂ ਦੇ MLA ਨੇ, ਇਹਨਾਂ ਦੇ ਕੌਂਸਲਰਾਂ ਨੇ ਝੂਠ ਤੋਂ ਇਲਾਵਾ ਤਾਂ ਕੁਝ ਨਹੀਂ ਕੀਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਜੀਤ ਕੌਰ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼। ਅਸੀਂ ਇਸ ਟਾਈਮ ਆ ਜੀ ਰਾਹੋਂ ਰੋਡ 'ਤੇ, ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਗਿਆ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਵਾਸਤੇ। ਗੱਲ ਕਰਦੇ ਇੱਥੋਂ ਦੇ MLA ਰਣਜੀਤ ਸਿੰਘ ਢਿੱਲੋਂ ਦੇ ਨਾਲ, ਕੀ ਕਹਿਣਾ ਚਾਹੋਗੇ ਅੱਜ ਦੇ ਧਰਨੇ ਬਾਰੇ ਤੁਸੀਂ? ਦੇਖੋ, ਜੋ ਪੰਜਾਬ ਦੇ ਵਿੱਚ ਪਿਛਲੇ 4 ਸਾਲ ਪਹਿਲਾਂ ਸਰਕਾਰ ਬਣੀ ਸੀ, ਝੂਠੇ ਵਾਅਦੇ ਕਰਕੇ ਲੋਕਾਂ ਦੇ ਨਾਲ ਠੱਗੀ ਮਾਰੀ ਸੀ, ਗੁਰੂ ਸਾਹਿਬ ਦੀ ਸਹੁੰ ਖਾਧੀ ਸੀ, ਔਰ ਹੁਣ ਉਹ ਹਾਊਸ ਦੇ ਵਿੱਚ ਕਹਿ ਰਹੇ ਆ ਜੀ ਅਸੀਂ ਸਾਰੇ ਵਾਅਦੇ ਪੂਰੇ ਕਰਦੇ, ਔਰ ਇਹ ਵੀ ਕਹਿ ਰਹੇ ਆ ਵੀ ਅਮਨ ਅਮਾਨ ਦੇ ਨਾਲ ਇਲੈਕਸ਼ਨ ਹੋਈ ਪੰਜਾਬ 'ਚ, ਜੋ ਘਰ ਕਮੇਟੀਆਂ ਦੀ ਹੋਈ ਆ। ਸੋ ਝੂਠ ਦੇ ਖਿਲਾਫ ਅਸੀਂ ਇਹ ਧਰਨੇ ਲਾ ਰਹੇ ਹਾਂ ਵੀ ਝੂਠ ਬੋਲ ਰਹੇ ਨੇ, ਇੱਕ ਤਾਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ, ਇੱਕ ਉੱਤੋਂ ਝੂਠੇ ਬੋਲ ਰਹੇ ਵੀ ਅਸੀਂ ਪੂਰੇ ਕਰਦੇ। ਅਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਵੀ ਕੀ ਪੰਜਾਬ ਦੇ ਲੋਕਾਂ ਦਾ ਕਰਜ਼ਾ ਮਾਫ ਹੋ ਗਿਆ, ਕੀ ਘਰ ਘਰ ਨੌਕਰੀ ਮਿਲ ਗਈ, ਕੀ ਪੈਨਸ਼ਨ ਲੱਗ ਗਈ 2500 ਰੁਪਏ, ਕੀ 51000 ਰੁਪਏ ਸਗਨ ਮਿਲਣ ਲੱਗ ਗਿਆ, ਕੀ ਲੋਕਾਂ ਦੇ ਨਾਲ ਜਿਹੜੇ ਹੋਰ ਆਟੇ ਖੰਡ ਚਾਹ ਪੱਤੀ ਦੀ ਗੱਲ ਕੀਤੀ ਮਿਲਣ ਲੱਗ ਗਈ, ਝੂਠ ਬੋਲ ਕੇ ਸਰਕਾਰ ਬਣਾਈ, ਝੂਠ ਬੋਲ ਕੇ ਗਾਂਹ ਚੱਲ ਰਹੇ। ਇਸ ਕਰਕੇ ਅਸੀਂ ਇਹ ਧਰਨੇ ਲਾ ਰਹੇ ਹਾਂ ਵੀ ਝੂਠ ਦਾ ਜਿਹੜਾ ਸਹਾਰਾ ਲੈ ਰਹੇ ਆ, ਝੂਠ ਵਾਰ ਵਾਰ ਨਹੀਂ ਚੱਲਦਾ। ਪਿਛਲੀ ਵਾਰੀ ਉਹ ਪੀ ਕੇ ਜਿਹੜਾ ਪ੍ਰਸ਼ਾਂਤ ਕਿਸ਼ੋਰ ਨੇ ਝੂਠ ਬੁਲਵਾਇਆ ਸੀ ਇਹਨਾਂ ਤੋਂ, ਤੇ ਹੁਣ ਉਹ ਝੂਠ ਦੁਬਾਰਾ ਬੋਲਣ ਵਾਸਤੇ ਫਿਰ ਇਹਨਾਂ ਨੇ ਨਾਲ ਲਾ ਲਿਆ, ਇਸ ਕਰਕੇ ਸਾਡਾ ਇਹ ਅਸੀਂ ਧਰਨੇ ਲਾ ਰਹੇ। ਕੈਪਟਨ ਸਾਹਿਬ ਨੇ ਗੁਟਕੇ ਦੀ ਸੌਂ ਖਾ ਕੇ ਕਿਹਾ ਸੀ ਕਿ ਇੱਥੋਂ ਨਸ਼ਾ ਖਤਮ ਕਰ ਦਿਆਂਗੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਅਸੀਂ ਗਲੀਆਂ ਦੇ ਵਿੱਚ ਅੱਜ ਵੀ ਨੌਜਵਾਨ ਨਸ਼ੇੜੀ ਦੇਖ ਰਹੇ ਹਾਂ। ਨਸ਼ੇ ਤਾਂ ਦੇਖੋ ਇਹਨਾਂ ਨੇ ਹੁਣ ਘਰ ਘਰ ਮਿਲਣ ਲਾਦੇ, ਘਰ ਘਰ ਇਹਨਾਂ ਦੇ ਜਿਹੜੇ MLA ਨੇ ਉਹਨਾਂ ਦੇ ਜਿਹੜੇ ALG ਨੇ ਉਹ ਸ਼ਰਾਬ ਘਰ ਘਰ ਪਹੁੰਚਾ ਰਹੇ ਆ। ਲੋਕਡਾਊਨ ਦੇ ਦੌਰਾਨ ਇਹਨਾਂ ਨੇ ਜਾਲੀ ਡਿਸਟਰੀਆਂ ਲਾ ਕੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਵੇਚੀ ਔਰ 125 ਦੇ ਕਰੀਬ ਲੋਕ ਮਾਰੇ ਗਏ। ਝੂਠ ਸਰ, ਮੈਂ ਪਹਿਲਾਂ ਕਿਹਾ ਵੀ ਝੂਠ ਬੋਲ ਕੇ ਇਹ ਸਾਰਾ ਡੰਗ ਟਪਾ ਰਹੇ ਨੇ, ਜੋ ਇਹਨਾਂ ਨੇ ਕਿਹਾ ਸੀ ਕੋਈ ਨਹੀਂ ਕੀਤਾ, ਬਿਲਕੁਲ ਉਹਦੇ ਵਿਪਰੀਤ ਉਲਟ ਕੰਮ ਕਰ ਰਹੇ। ਲੁਧਿਆਣਾ ਸਮਾਰਟ ਸਿਟੀ ਔਰ ਸਮਾਰਟ ਰੋਡ ਰਾਹੋਂ ਰੋਡ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸਾਰੇ ਸਾਹਮਣੇ ਸਮਾਰਟ ਸਿਟੀ, ਸਾਡੀ ਸਰਕਾਰ ਦੇ ਸਮੇਂ ਲੁਧਿਆਣਾ ਪਹਿਲੇ 20 ਸ਼ਹਿਰਾਂ ਦੇ ਵਿੱਚ ਸੀ ਪੰਜ ਹਿੰਦੁਸਤਾਨ, ਪਰ ਇਹ ਸਰਕਾਰ ਦੇ ਬਣਦੇ ਸਾਰ ਅੱਜ ਲੁਧਿਆਣਾ ਬਹੁਤ ਪਿੱਛੇ ਚਲਾ ਗਿਆ, ਪੰਜਾਬ ਬਹੁਤ ਪਿੱਛੇ ਚਲਾ ਗਿਆ। ਸੋ ਆਹ ਜੋ ਹਾਲਾਤ ਨੇ ਰੋਡ ਦੇ, ਇਹ ਸਾਰੇ ਮੇਰੇ ਖਿਆਲ ਪੰਜਾਬ ਚ ਨਹੀਂ ਹਿੰਦੁਸਤਾਨ ਸਭ ਤੋਂ ਮਾੜੀ ਸੜਕ ਹੈ। ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਸਾਨੂੰ ਦੱਸ ਰਹੇ ਸਨ। ਸਾਡੇ ਨਾਲ ਇਸ ਟਾਈਮ ਵਾਰਡ ਨੰਬਰ 5 ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਔਲਾ, ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਅੱਜ ਦੇ ਧਰਨੇ ਬਾਰੇ? ਧਰਨੇ ਬਾਰੇ ਇਹ ਕਹਿਣਾ ਜੀ ਕਿ ਧਰਨਾ 4 ਸਾਲ ਹੋ ਗਏ ਸਰਕਾਰ ਬਣੀ ਨੂੰ, ਸਰਕਾਰ ਨੇ ਸੜਕਾਂ ਦਾ ਤੇ ਇੰਨਾ ਕੁ ਜ਼ਿਆਦਾ ਬੇੜਾ ਗਰਕ ਕਰ ਦਿੱਤਾ ਕਿ ਲੋਕਾਂ ਦਾ ਚੱਲਣਾ ਜਿਹੜਾ ਬਿਲਕੁਲ ਹੀ ਤੁਰਨਾ ਮੁਸ਼ਕਲ ਹੋਇਆ ਪਿਆ, ਔਰ ਬਹੁਤ ਘਟੀਆਂ ਨੀਤੀਆਂ ਇਹਨਾਂ ਦੀਆਂ, ਜਿਹੜੀਆਂ ਘਟੀਆਂ ਨੀਤੀਆਂ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਇੰਨੀਆਂ ਜ਼ਿਆਦੀਆਂ ਆ ਰਹੀਆਂ ਕਿ ਆਪਾਂ ਦੱਸ ਨਹੀਂ ਸਕਦੇ, ਤੇ ਲੋਕਾਂ ਦੀ ਮਜਬੂਰੀ ਬਣ ਚੁੱਕੀ ਆ ਇਹਨਾਂ ਨੂੰ ਚੱਲਣ ਵਾਸਤੇ। ਤੇ ਅਸੀਂ ਤੇ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਿਨ੍ਹਾਂ ਨੇ ਹੁਣ ਤੱਕ ਜਿੰਨੇ ਕੰਮ ਸਾਰੇ ਕੀਤੇ ਹੋਏ ਸੀ ਔਰ ਉਹ ਕੰਮਾਂ ਦਾ ਵੀ ਇਹਨਾਂ ਨੇ ਬੇੜਾ ਕਰ ਦਿੱਤਾ, ਜਿੰਨੀਆਂ ਸੜਕਾਂ ਬਣਾਈਆਂ ਹੋਈਆਂ ਸੀ ਉਹ ਵੀ ਪੁੱਟ ਕੇ ਇਹਨਾਂ ਨੇ ਦੁਬਾਰਾ ਰਿਪੀਟ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਇਹਨਾਂ ਕੋਲ ਹੁਣ ਬਣਨੀਆਂ ਨਹੀਂ। ਕੈਪਟਨ ਸਾਹਿਬ ਨੇ ਗੁਟਕੇ ਦੀ ਸੌਂ ਖਾਧੀ ਸੀ ਕਿ ਨਸ਼ਾ ਖਤਮ ਹੋ ਜਾਊਗਾ, ਕੀ ਸਮਝਦੇ ਹੋ ਨਸ਼ਾ ਮੁੱਕ ਗਿਆ, ਉਹਨਾਂ ਦਾ ਵਾਅਦਾ ਪੂਰਾ ਹੋ ਗਿਆ? ਨਹੀਂ ਜੀ, ਵਾਅਦਾ ਉਹ ਕੋਈ ਨਹੀਂ ਪੂਰਾ ਹੋਇਆ, ਬਿਲਕੁਲ ਹੀ ਝੂਠਾ, ਨਸ਼ਾ ਉਤੋਂ ਜ਼ਿਆਦਾ ਵੱਧ ਗਿਆ, ਲੋਕ ਘਰਾਂ ਦੇ ਵਿੱਚ ਆਮ ਸ਼ਰਾਬ ਵੇਚਣੀ ਚਾਲੂ ਕੀਤੀ ਹੈ, ਜਿਹੜਾ ਸਾਰਾ ਸਰਕਾਰ ਨੂੰ ਵੀ ਮੁਲਾਜ਼ਮਾਂ ਨੂੰ ਵੀ ਪਤਾ, ਜਿਹੜਾ ਕਿ
ਉਹਨਾਂ ਦੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ। ਸਮਾਰਟ ਰੋਡ ਰਾਹੋਂ ਰੋਡ ਬਾਰੇ ਕੀ ਕਹੋਗੇ? ਸਮਾਰਟ ਰੋਡ ਤੁਸੀਂ ਆਪ ਦੇਖਦੇ ਹੀ ਆ ਤੁਸੀਂ ਕਿ ਸਮਾਰਟ ਰੋਡ ਤੇ ਬਹੁਤ ਵਧੀਆ ਬਣਿਆ ਹੋਇਆ, ਤੁਹਾਨੂੰ ਪਤਾ ਹੀ ਆ। ਇਸ ਤੋਂ ਘਟੀਆ ਰੋਡ ਸ਼ਾਇਦ ਰਾਹੋਂ ਰੋਡ ਤੋਂ ਘਟੀਆ ਰੋਡ ਕੋਈ ਸਾਰੇ ਲੁਧਿਆਣੇ ਵਿੱਚ ਹੈ ਹੀ ਨਹੀਂ ਗਾ ਜੀ। ਹਾਂਜੀ, ਇਹ ਸਨ ਸਾਡੇ ਨਾਲ ਵਾਰਡ ਨੰਬਰ 5 ਦੇ ਪ੍ਰਧਾਨ ਬਲਵਿੰਦਰ ਸਿੰਘ, ਜੋ ਕਿ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਬਾਰੇ ਸਾਨੂੰ ਦੱਸ ਰਹੇ ਸਨ। ਅਸੀਂ ਇਸ ਟਾਈਮ ਆ ਜੀ ਰਾਹੋਂ ਰੋਡ ਤੇ, ਸਾਡੇ ਨਾਲ ਨੇ ਐਕਸ ਕੌਂਸਲਰ ਮਨਦੀਪ ਔਰ ਸੰਧੂ। ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਗਿਆ। ਅੱਜ ਅਸੀਂ ਈਸਟ ਕੌਂਸਟੀਚੁਐਂਸੀ 'ਚ ਧਰਨਾ ਲਗਾਇਆ ਹੈਗਾ ਸਟੇਟ ਗੌਰਮੈਂਟ ਦੀ ਪੋਲਿਸੀ ਦੇ ਖਿਲਾਫ਼, ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਕੋਈ 51,000 ਸ਼ਗਨ ਨਹੀਂ ਮਿਲਿਆ ਕਿਸੇ ਨੂੰ। SC ਦੇ ਇਹਨਾਂ ਦੇ ਮਿਨਿਸਟਰਸ ਪੈਸੇ ਖਾ ਗਏ ਹੈਗੇ ਆ, ਕਣਕ ਘੱਟ ਮਿਲਦੀ ਹੈ, ਕੋਆਪਰੇਸ਼ਨ ਦਾ ਕੰਮ ਨਹੀਂ ਹੋ ਰਿਹਾ, ਰਾਹੋਂ ਰੋਡ ਦਾ ਬੁਰਾ ਹਾਲ ਹੈਗਾ। ਸੈਂਟਰ ਨੇ 3 ਬਿੱਲ ਕਿਸਾਨਾਂ ਦੇ ਖਿਲਾਫ਼ ਬਣਾਏ ਨੇ ਜਿਹੜੇ ਕਿ ਬਹੁਤ ਹੀ ਲੋਕ ਮਾਰੂ ਨੇ। ਸਾਰੇ ਪਾਸੇ ਤਰਾਈ ਤਰਾਈ ਮੱਚੀ ਹੋਈ ਹੈ। ਇਸ ਕਰਕੇ ਸਾਡੇ ਅੱਜ ਸਾਰੇ 117 ਵਿਧਾਨ ਹਲਕਿਆਂ 'ਚ ਸਟੇਟ ਗੌਰਮੈਂਟ ਦੇ ਖਿਲਾਫ਼ ਅੱਜ ਐਜੀਟੇਸ਼ਨਸ ਹੋ ਰਹੇ ਨੇ। ਇਹ ਬਹੁਤ ਮਾੜੀ ਗੱਲ ਹੈ, ਇਹ ਸਟੇਟ ਗੌਰਮੈਂਟ ਦੀ ਨਾਕਾਮੀ ਹੈ। ਔਰ ਲੋਕਾਂ ਨੇ ਮਨ ਬਣਾ ਲਿਆ ਕਿ ਨੈਕਸਟ ਗੌਰਮੈਂਟ ਜਿਹੜੀ ਹੈ ਅਕਾਲੀ ਦਲ ਦੀ ਹੋਏਗੀ, ਸਾਡੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜੀ ਦੀ ਰਹਿਨੁਮਾਈ ਥੱਲੇ ਹੋਏਗੀ। ਲੋਕਾਂ ਨੇ ਇਸ ਗੱਲ ਦਾ ਮਾਈਂਡ ਮੇਕਅਪ ਕਰ ਲਿਆ ਹੈ। ਮੈਮ, ਤੁਸੀਂ ਰਾਹੋਂ ਰੋਡ ਦੀ ਹਾਲਤ ਬਾਰੇ ਕੀ ਕਹਿਣਾ ਚਾਹੋਗੇ? ਇੱਥੋਂ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇੱਥੇ ਜਦੋਂ ਬਾਰਿਸ਼ ਹੁੰਦੀ ਆ, ਸੀਵਰੇਜ ਦਾ ਸਾਰਾ ਪਾਣੀ ਬਾਰਿਸ਼ ਦੇ ਨਾਲ ਮਿਲ ਕੇ ਇੱਥੇ ਬਹੁਤ ਬੁਰਾ ਹਾਲ ਹੁੰਦਾ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਦੇਖੋ, ਰਾਹੋਂ ਰੋਡ ਦਾ ਬੁਰਾ ਹਾਲ ਅਸੀਂ ਵੀ ਦੇਖ ਰਹੇ ਹਾਂ। ਜਿਹੜਾ ਇਹਨੇ ਸੀਵਰੇ ਪਾਏ ਆ, ਅੱਗੋਂ ਹੋ ਗਿਆ ਕਹਿੰਦੇ 36 ਇੰਚ ਚੌੜਾ, 36 ਫੁੱਟ ਜੋ ਵੀ ਹੈ, ਬਾਹਰੋਂ ਪਿੱਛੋਂ 72, ਜਿਹੜਾ ਕਿ ਬਿਲਕੁਲ ਗਲਤ ਹੈਗਾ। ਇਹਨਾਂ ਦੀ ਪਲੈਨਿੰਗ ਹੀ ਗਲਤ ਹੈਗੀ, ਟੈਕਨੀਕਲੀ ਗਲਤ ਹੈਗਾ। ਜਦ ਸੀਵਰ ਚੱਲਣਾ ਕੀ, ਜੇ ਸੀਵਰ ਦੀ ਇਹਨਾਂ ਨੇ 1 ਇੰਚ 'ਚ ਫੁੱਟਾਂ ਠੀਕ ਨਹੀਂ ਪਾਇਆ ਹੈਗਾ। ਅਤੇ ਕਾਂਗਰਸ ਦਾ ਕਹਿਣਾ ਕਿ ਸੀਵਰੇਜ ਦੀ ਸ਼ੁਰੂਆਤ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਸੀ, ਉਹਨਾਂ ਨੇ ਹੀ ਸਹੀ ਢੰਗ ਨਾਲ ਕੰਮ ਨਹੀਂ ਕੀਤਾ, ਉਹ ਅਸੀਂ ਉਸ ਗਲਤ ਕੰਮ ਨੂੰ ਸਹੀ ਕਰ ਰਹੇ ਹਾਂ। ਨਹੀਂ, ਸਰਨਜੀਤ ਢਿੱਲੋਂ ਇੰਨੇ ਮੈਚਿਓਰ ਪਰਸਨ ਨੇ, ਉਹ ਕਿੱਦਾਂ ਐਡੀ ਵੱਡੀ ਗਲਤੀ ਕਰ ਸਕਦੇ ਹੈਗੇ? ਅਗਰ ਕੋਈ ਸੀ ਤਾਂ ਇਹ ਮਸਟ ਚੈੱਕ, ਪਹਿਲਾਂ ਦੀ ਗੱਲ ਕੋਈ ਹੈ ਹੀ ਨਹੀਂ ਗੀ, ਕੋਈ ਇੱਦਾਂ ਦੀ ਗੱਲ ਹੋ ਹੀ ਨਹੀਂ ਸਕਦੀ। ਜੇ ਅਸੀਂ ਨਵਾਂ ਕੰਮ ਕਰਦੇ ਹਾਂ, ਅਸੀਂ ਚੈੱਕਅਪ ਕਰਕੇ ਕਰਦੇ ਹਾਂ ਨਾ, ਠੀਕ ਹੈ ਨਾ? ਇਹ ਗਲਤੀ ਇਹਨਾਂ ਦੀ ਆਪਣੀ ਹੈ, ਨਾ ਦੂਜੇ ਦਿਨ ਆਉਂਦੇ ਆ। ਕੁਛ ਹੈ ਨਹੀਂ, ਮੈਸੇਜ ਫੋਰ ਪੀਪਲ, ਪੀਪਲ ਇਹ ਹੈ ਕਿ ਦੇਖੋ, ਅਗਰ ਅਸੀਂ ਚਾਹੁੰਦੇ ਸਾਡੇ ਬੱਚਿਆਂ ਦਾ ਅੱਛਾ ਫਿਊਚਰ, ਅਗਰ ਚਾਹੁੰਦੇ ਹਾਂ ਪੀਸ ਆਫ ਮਾਈਂਡ, ਸਾਨੂੰ ਅਕਾਲੀ ਦਲ ਦੀ ਸਰਕਾਰ, ਸਰ ਰਣਜੀਤ ਸਿੰਘ ਢਿੱਲੋਂ ਵਰਗੇ ਸਾਨੂੰ ਅੱਛੇ MLA ਜਿਤਾ ਕੇ ਅੱਗੇ ਲਿਆਉਣੇ ਚਾਹੀਦੇ ਹੈ, ਤਾਂ ਕਿ ਅਸੀਂ ਸਮੂਥ ਲਾਈਫ ਲੀਡ ਕਰ ਸਕੀਏ। ਇਹ ਤਾਂ ਅਸੀਂ ਵੀ ਇੱਕ ਪਰਚਾ ਕਰਾਉਣ 'ਚ ਬਿਲੀਵ ਕਰਦੇ ਹਾਂ, ਪੈਸੇ ਬਣਾਏ, ਗਲਤ ਕੰਮ ਕੀਤੇ, ਦੈਟਸ ਆਲ, ਓਕੇ, ਠੀਕ ਹੈ। ਅਤੇ ਸਾਨੂੰ ਅਗਰ ਸਕੂਲ ਲਾਈਫ ਚਾਹੀਦੀ ਹੈ, ਸਾਨੂੰ ਸਿਸਟਮੈਟਿਕ ਸ਼ਾਂਤ ਬੰਦੇ ਲਿਆ ਕੇ ਅੱਗੇ, ਅੱਛੀ ਗਵਰਨਮੈਂਟ ਅੱਗੇ ਲਿਆ ਕੇ ਸਾਨੂੰ ਲੋਕਾਂ ਦੇ ਸਹੀ ਕੰਮ ਕਰਨੇ ਚਾਹੀਦੇ। ਤੁਸੀਂ ਗ੍ਰਹਿਣੀ ਹੋ, ਘਰ ਦਾ ਗੈਸ 800 ਰੁਪਏ ਦੇ ਕਰੀਬ ਪਹੁੰਚ ਗਿਆ, ਕੀ ਕਹਿਣਾ ਚਾਹੋਗੇ? ਮੈਂ ਆਈ ਐਮ ਡਿਸਟ੍ਰੀਬਿਊਟਰ ਟੂ ਗੈਸ ਏਜੰਸੀ। ਸਾਡੀ ਜਿਹੜੀ ਗੈਸ ਹੈ 150-200 ਰੁਪਏ ਲਾਸਟ ਮੰਥ ਚੜ੍ਹ ਗਈ ਹੈਗੀ ਹੈ। ਲੋਕਾਂ ਨੇ ਚੁੱਲ੍ਹੇ ਬਾਲਣੇ ਸ਼ੁਰੂ ਕਰਤੇ ਹੈ, ਲੋਕਾਂ ਨੂੰ ਔਖਾ ਹੈ ਸਿਲੰਡਰ ਦੇਣਾ। ਜੇ ਸਪਲਾਈਮੈਨ ਘਰੇ ਜਾਂਦਾ, ਕਹਿੰਦੇ ਸਾਡੇ ਕੋਲ ਸਿਲੰਡਰ ਹੈ ਨਹੀਂ, ਜੋ ਕੈਸ਼ ਹੈ, ਜਿਹੜੇ ਕੋਲ 100 ਰੁਪਏ ਘੱਟ ਹੈ, 200 ਰੁਪਏ ਘੱਟ ਹੈ, ਲੋਕਾਂ ਦਾ ਇੰਨਾ ਬੁਰਾ ਹਾਲ ਹੈ। ਐਜ਼ ਅ ਲੇਡੀ ਆਈ ਐਮ ਸੇਇੰਗ ਕਿ ਲੋਕਾਂ ਨੂੰ 850 ਸਿਲੰਡਰ ਖਰੀਦਣਾ ਹੀ ਮੁਸ਼ਕਲ ਹੋਇਆ ਪਿਆ। ਬਾਕੀ ਕੰਟਰੀਆਂ ਗਰੋਥ ਕਰ ਰਹੀਆਂ, ਆਪਾਂ ਪਿੱਛੇ ਵੱਲ ਨੂੰ ਜਾ ਰਹੇ ਹਾਂ। ਬਿਲਕੁਲ ਨੈਚੁਰਲ ਜਾ ਰਿਹਾ, ਕਿਉਂਕਿ ਸਾਡੇ ਲੀਡਰਸ ਦੀ ਸਟੈਪਿੰਗ ਇੱਦਾਂ ਦੀ ਹੈ ਵੀ ਪਰਸਨ ਨੇ ਤਾਂ ਇਲੈਕਟ ਕਰਤਾ ਬੰਦਾ, ਅਗਰ ਇਲੈਕਟਿਡ ਨੇ ਕੰਮ ਕਰਨਾ ਨਾ ਪੀਪਲ ਲਈ, ਅਗਰ ਇਲੈਕਟਿਡ ਪੀਪਲ ਲਈ ਕੰਮ ਸਹੀ ਕਰਦੇ, ਪੀਪਲ ਕੀ ਕਰ ਸਕਦੇ ਆ? ਇਹ ਸਨ ਸਾਡੇ ਨਾਲ ਐਕਸ ਕੌਂਸਲਰ ਮਨਦੀਪ ਕੌਰ ਸੰਧੂ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ। ਕੈਮਰਾਮੈਨ ਵਿਕਾਸ ਦੇ ਨਾਲ ਇੰਦਰਜੀਤ ਕੌਰ ਦੀ ਰਿਪੋਰਟ। ਧੰਨਵਾਦ।